ਅਕਾਲੀ ਦਲ ਦਾ 10 ਸਾਲ ਦਾ ਰਾਜ ਰਿਹਾ ਹੈ ਅਤੇ ਜੋ ਵੀ ਉਸ ਸਮੇਂ ਦੇ ਵਿੱਚ ਭੁੱਲਾਂ ਹੋਈਆਂ ਨੇ ਉਹਨਾਂ ਨੂੰ ਬਖਸ਼ਾਉਣ ਦੇ ਲਈ ਅੱਜ ਸਮੁੱਚੀ ਅਕਾਲੀ ਲੀਡਰਸ਼ਿਪ ਹਰਿਮੰਦਰ ਸਾਹਿਬ ਪਹੁੰਚੀ ਹੋਈ ਆ, ਜੋ ਕਿ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਿ ਬੀਬੀ ਹਰਸਿਮਰਤ ਕੌਰ ਬਾਦਲ ਆਪ ਪ੍ਰਸ਼ਾਦੇ ਪਕਾ ਰਹੇ ਨੇ ਜੋ ਭੁੱਲਾਂ ਹੋਈਆਂ ਨੇ ਪਿਛਲੇ 10 ਸਾਲਾਂ ਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਭੁੱਲਾਂ ਬਖਸ਼ਾਈਆਂ ਜਾ ਰਹੀਆਂ ਨੇ। 3 ਦਿਨ ਦਾ ਇਹ ਪ੍ਰੋਗਰਾਮ ਉਲੀਕਿਆ ਹੋਇਆ, ਅੱਜ ਕੱਲ੍ਹ ਅਤੇ ਪਰਸੋਂ 3 ਦਿਨ ਕਿਤੇ ਪ੍ਰਸ਼ਾਦੇ ਪਕਾਏ ਜਾਣਗੇ, ਕਿਤੇ ਲੰਗਰ ਦੀ ਸੇਵਾ, ਕਿਤੇ ਜੋ ਫਰਸ਼ ਗੁਰੂ ਘਰ ਦਾ ਫਰਸ਼ ਹੈਗਾ ਉਹਨੂੰ ਸਾਫ਼ ਕਰਨ ਲਈ ਸੇਵਾ ਜਿਹੜੀ ਹੈ ਉਹ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਵੀ ਇੱਥੇ ਮੌਜੂਦ ਹੈਗੇ ਆ, ਉਹ ਇਸ ਵੇਲੇ ਜੋੜਿਆਂ ਦੀ ਸੇਵਾ ਕਰ ਰਹੇ ਨੇ ਅਤੇ ਨਾਲ ਜਿਹੜੇ ਨੇ ਹਰਸਿਮਰਤ ਕੌਰ ਬਾਦਲ ਦੇ ਨਾਲ ਬੀਬੀ ਜਗੀਰ ਕੌਰ ਜੀ ਵੀ ਹੈਗੇ ਨੇ, ਉਹ ਵੀ ਲੰਗਰ ਦੀ ਸੇਵਾ ਕਰ ਰਹੇ ਨੇ, ਪ੍ਰਸ਼ਾਦਾ ਪਕਾ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਬੀਬੀ ਜਗੀਰ ਕੌਰ ਜਿਨ੍ਹਾਂ ਨੂੰ ਪਿਛਲੇ ਦਿਨੀ ਇੱਕ ਵੱਡੀ ਰਾਹਤ ਮਿਲੀ ਹੈ, ਉਹਨਾਂ ਦੇ ਵੱਲੋਂ ਵੀ ਅੱਜ ਸੇਵਾ ਕੀਤੀ ਜਾ ਰਹੀ ਹੈ ਅਤੇ ਨਾਲ ਬੀਬੀ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਦਾ ਇਹ ਕਹਿਣਾ ਹੈਗਾ ਕਿ ਜੋ 10 ਸਾਲ ਦੇ ਰਾਜ ਦੇ ਵਿੱਚ ਜੋ ਭੁੱਲਾਂ ਹੋਈਆਂ ਨੇ ਉਹਨਾਂ ਨੂੰ ਬਖਸ਼ਾਉਣ ਦੀ ਗੁਰੂ ਘਰ ਦੇ ਵਿੱਚ ਖਿਮਾ ਜਾਜਨਾ ਅੱਜ ਕਰ ਰਹੇ ਨੇ ਅਤੇ 3 ਦਿਨ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ ਜਿਹੜਾ ਆ ਰਹੇਗਾ। ਤੁਹਾਨੂੰ ਪਲ ਪਲ ਦੀ ਅਪਡੇਟ ਅਸੀਂ ਦਿੰਦੇ ਰਹਾਂਗੇ, ਦੈਨਿਕ ਸਵੇਰਾ ਤੁਸੀਂ ਟੀ ਵੀ ਦੇਖਦੇ ਰਹੋ, ਕਿਉਂਕਿ ਇਹ ਬੜਾ ਵੱਡਾ ਮਸਲਾ ਹੈਗਾ। ਵਿਰੋਧੀਆਂ ਦੇ ਵੱਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ 10 ਸਾਲ ਦੇ ਰਾਜ ਦੇ ਵਿੱਚ ਕਿਉਂ ਨਹੀਂ ਚੇਤਾ ਆਇਆ ਸ਼੍ਰੋਮਣੀ ਅਕਾਲੀ ਦਲ ਨੂੰ, ਅੱਜ ਹੀ ਕਿਉਂ, ਅੱਜ ਹੀ ਕਿਉਂ ਜਦੋਂ 2019 ਦੀਆਂ ਚੋਣਾਂ ਸਿਰ 'ਤੇ ਹੈਗੀਆਂ, ਅੱਜ ਹੀ ਕਿਉਂ ਜਦੋਂ ਪੰਚਾਇਤੀ ਚੋਣਾਂ ਜਿਹੜੀਆਂ ਨੇ ਸਿਰ 'ਤੇ ਆ ਅਤੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਸਿਆਸੀ ਸੰਕਟ ਦੇ ਵਿੱਚ ਘਿਰਿਆ ਹੋਇਆ ਹੈ ਅਤੇ ਅੱਜ ਭੁੱਲਾਂ ਬਖਸ਼ਾਉਣ ਦਾ ਸਿਲਸਿਲਾ ਜਿਹੜਾ ਆ 3 ਦਿਨਾਂ ਤੱਕ ਸ਼ੁਰੂ ਕਰ ਦਿੱਤਾ ਹੈ। ਕੈਮਰਾਮੈਨ ਹਰਜਿੰਦਰ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀ ਵੀ, ਅੰਮ੍ਰਿਤਸਰ।